ਬੀਤੇ ਦਿਨੀ ਗੁਰਦੁਆਰਾ ਦਮਦਮਾ ਸਾਹਿਬ ਪਿੰਡ ਖਿਜਰਾਬਾਦ ਮੋਹਾਲੀ ਵਿਖੇ ਸਾਲਾਨਾ ਹੋਲਾ ਮਹੱਲਾ ਮਿਤੀ 14, 15 ਅਤੇ 16 ਮਾਰਚ 2019 ਨੂੰ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਦੂਰੋਂ ਦੂਰੋਂ ਸੰਗਤਾਂ ਪੁੱਜੀਆਂ, ਜਿਨ੍ਹਾਂ ਨੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ, ਜੋ ਕਿ ਸੰਗਤਾਂ ਨੇ ਬੜੇ ਪਿਆਰ ਨਾਲ ਛਕਿਆ। ਇਸ ਮੌਕੇ ਮਿਤੀ 15 ਮਾਰਚ ਨੂੰ ਖੂਨਦਾਨ ਕੈਂਪ ਸਵੇਰੇ 10 ਵਜੇ ਤੋਂ 2 ਵਜੇ ਤੱਕ ਲੱਗਿਆ। ਇਸ ਵਿਸ਼ੇਸ਼ ਮੌਕੇ ਸਾਡੀ ਪੰਜਾਬ ਪੁਲਿਸ ਦੀ ਟੀਮ ਨੇ ਦੌਰਾ ਕੀਤਾ। ਪੇਸ਼ ਹੈ ਪੰਜਾਬ ਪੁਲਿਸ ਦੀ ਟੀਮ ਵੱਲੋਂ ਇੱਕ ਰਿਪੋਰਟ। माधो हम ऐसे हम पापी तुम पाप खंडन नीको ठाकुर देसा हम पापी तुम पाप खंडन नीको ठाकुर देसा माधो हम ऐसे तू वैसा माधो हम ऐसे माधो हम ऐसे तू ऐसा माधो हम ऐसे हम मैले तुम पूजल करते हम निर्गुण तू दाता हम मैले तुम पूजल करते हम निर्गुण तू दाता हम मूर्ख तुम चतुर सियान तू सर्व कला का ज्ञाता माधो हम ऐसे साजे साज निवाज जियो पिंड दे प्राणा तुम सब साजे साज निवाज जियो पिंड दे प्राणा निर्गुण यारे गुण नहीं को तुम दानते हो माधो हम ऐसे तू ऐसा माधो ਜਦੋਂ ਵੀ ਮਹਾਰਾਜ ਜੀ ਤੁਰਦੇ ਸੀ ਨਾ ਮੈਦਾਨੇ ਜੰਗ ਵੱਲ ਨੂੰ ਤਾਂ ਸਿੰਘਾਂ ਨੂੰ ਚਾਅ ਚੜ੍ਹ ਜਾਇਆ ਕਰਦੇ ਸੀ, ਖੁਸ਼ੀ ਆ ਜਾਂਦੀ ਸੀ। ਔਰ ਕੀ ਗਾਉਣ ਲੱਗੇ, ਜਿਹਨਾਂ ਨੂੰ ਬਾਣੀ ਆਉਂਦੀ ਉਹ ਤੇ ਨਾਲ ਨਾਲ ਗਾਇਓ ਤੇ ਜਿਹਨਾਂ ਨੂੰ ਨਹੀਂ ਆਉਂਦੀ ਸੁਣਿਓ ਜ਼ਰੂਰ। ਕਈ ਬੰਦੇ ਕਹਿੰਦੇ ਬਾਣੀ ਨਹੀਂ ਨਿਹਾਲ, ਸਿੰਘਾਂ ਨੂੰ ਚਾਅ ਚੜ੍ਹੇ ਔਰ ਉੱਚੀ ਉੱਚੀ ਗਾਉਣ ਲੱਗੇ ਖੰਡ ਖੰਡ ਬਹਿੰਦਨ ਖੰਡ ਖੰਡ ਆਤਮ ਮੰਡਲ ਮੰਡਲ ਕੋਈ ਖੰਡੇ ਖੰਡ ਬੈਠ ਮੰਡਲ ਜੋਗ ਮੰਡਲ ਨੂੰ ਪਾ
ਸਾਹਮਣੇ ਜਾ ਕੇ ਖਲੋਤੇ ਨਾ ਮਦਾਨੇ ਜੰਗ ਵਿੱਚ, ਤੇ ਮੈਨੇ ਖਾਨ ਵੇਖਿਆ ਵੀ ਆ ਗਿਆ ਹੈਗਾ ਵੀਰ ਗੋਬਿੰਦ ਸਿੰਘ, ਉਹ ਵੀ ਘੋੜੇ ਉੱਤੇ ਸਵਾਰ ਹੈ, ਮੁਗਲਾਂ ਦਾ ਮੁੰਡਾ, ਗੱਜ ਚੌਣੀ ਛਾਤੀ ਹੈ, ਉੱਚਾ ਬੰਨਾ ਕੱਦ ਹੈ, ਸਾਬਤ ਦੁੱਬੇ ਖਾ ਜਾਣ ਵਾਲਾ, ਉਹਨੇ ਲਾਈ ਘੋੜੇ ਨੂੰ ਅੱਡੀ, ਦੋ ਚੱਕਰ ਲਗਾਏ, ਮਦਾਨੇ ਜੰਗ ਵਿੱਚ ਸਾਹਮਣੇ ਘੋੜਾ ਖੜਾ ਕਰ ਦਿੱਤਾ, ਤੇ ਇੱਕ ਮਰਦੀ ਦੀ ਆਵਾਜ਼ ਦੇ ਕਹਿੰਦਾ ਗੋਬਿੰਦ ਸਿੰਘ ਮੈਂ ਗੱਲ ਕਰਨੀ ਹੈ, ਜਦੋਂ ਆਖਿਆ ਨਾ ਮਹਾਰਾਜ ਮੈਂ ਗੱਲ ਕਰਨੀ ਹੈ, ਤੇ ਉਹਨਾਂ ਨੇ ਕਰਕੇ ਪਾਤਸ਼ਾਹ ਦਾ ਹੱਥ ਚਲਿਆ ਗਿਆ ਤਲਵਾਰ ਦੇ ਮੁੱਠੇ ਉੱਤੇ, ਸਾਹਮਣੇ ਕਰਕੇ ਖਿੱਚੀ ਮੈਂ ਵਿੱਚੋਂ ਤਲਵਾਰ, ਮੇਰੇ ਪਾਤਸ਼ਾਹ ਕਹਿੰਦੇ ਪੈਂਦੇ ਖਾਨ ਜੇ ਗੱਲ ਹੀ ਕਰਨੀ ਸੀ ਦਰਬਾਰ ਵਿੱਚ ਆ ਜਾਣਾ, ਜੇ ਗੱਲ ਹੀ ਕਰਨੀ ਸੀ ਕਿ ਅਨੰਦਪੁਰ ਸਾਹਿਬ ਅੰਦਰ ਆ ਜਾਣਾ, ਜੇ ਬਾਹਰ ਸੱਦਿਆ ਤਾਂ ਵਿਚਾਰਾਂ ਦੀ ਗੱਲ ਨਹੀਂ, ਉੱਥੇ ਹਥਿਆਰਾਂ ਦੀ ਗੱਲ ਹੈ, ਇੱਕ ਜੰਗ ਵਿਚਾਰਾਂ ਦੀ ਤੇ ਦੂਜੀ ਜੰਗ ਹਥਿਆਰਾਂ ਦੀ, ਮਹਾਰਾਜ ਜੀ ਕਹਿੰਦੇ ਹੋਵੇ ਉੱਥੇ ਜੰਗ ਹਥਿਆਰਾਂ ਦੀ ਹੈ ਵਿਚਾਰਾਂ ਦੀ ਨਹੀਂ, ਪਰ ਤੇਰੀ ਆਵਾਜ਼ ਪਿੱਛੋਂ ਦਾਜਾ ਲਾ ਲਿਆ ਪੈਂਦੇ ਖਾਨ, ਤੇਰੀ ਆਪਣਾ ਕੰਪਨੀ ਹੈ, ਤੂੰ ਦਰਿਆ ਹੋਇਆ ਗੱਲਾਂ ਕਰ ਰਿਹਾ ਪੈਂਦੇ ਖਾਨ, ਇੱਕ ਨਹੀਂ ਦੋ ਨਹੀਂ ਤਿੰਨ ਨਹੀਂ, ਮਹਾਰਾਜ ਜੀ ਕਹਿੰਦੇ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਤੈਨੂੰ ਦਿੱਤੇ ਜਾਂਦੇ ਪੈਂਦੇ ਖਾਨ, ਪਹਿਲਾਂ ਤੂੰ ਵਾਰ ਕਰਨੀ ਤੇ ਬਾਅਦ ਵਿੱਚ ਅਸੀਂ ਤੇਰੇ ਚ ਕਰਾਂਗੇ, ਮਹਾਰਾਜ ਜੀ ਤਿੰਨ ਵਾਰ, ਸੱਚੇ ਪਾਤਸ਼ਾਹ ਕਹਿੰਦੇ ਹਾਂ ਪੈਂਦੇ ਖਾਨ ਤਿੰਨ ਵਾਰ ਕਰ ਲਓ ਜੀ, ਜੇ ਤਿੰਨਾਂ ਵਿੱਚੋਂ ਕੋਈ ਲੱਗ ਗਿਆ ਤੇ ਜਿੱਤ ਤੇਰੀ ਹੋਣੀ ਹੈ, ਜੇ ਤਿੰਨਾਂ ਚਲੇ ਗਏ ਖਾਲੀ ਫਿਰ ਅਸੀਂ ਕੇਵਲ ਤੇਰੇ ਤੇ ਇੱਕੋ ਹੀ ਵਾਰ ਕਰਾਂਗੇ, ਮਹਾਰਾਜ ਜੀ ਕਹਿੰਦੇ ਜੇ ਤਿੰਨਾਂ ਵਿੱਚੋਂ ਕੋਈ ਲੱਗ ਗਿਆ ਜਿੱਤ ਹੋਣੀ ਹੈ ਤੇਰੀ, ਜੇ ਤਿੰਨਾਂ ਚਲੇ ਗਏ ਖਾਲੀ ਅਸੀਂ ਤੇਰੇ ਤੇ ਕੇਵਲ ਇੱਕੋ ਹੀ ਵਾਰ ਕਰਾਂਗੇ, ਯਾਦ ਰੱਖੀ ਪੈਂਦੇ ਖਾਨ ਜੇ ਤਲਵਾਰ ਤੋਂ ਵੀ ਤੂੰ ਬਚ ਕੇ ਭੱਜ ਜਾਵੇ, ਸੱਚੇ ਪਾਤਸ਼ਾਹ ਕਹਿੰਦੇ ਛਾਤੀ ਉੱਤੇ ਹੱਥ ਮਾਰ ਕੇ ਤਾਂ ਵੀ ਤੇਰੀ ਜਿੱਤ ਦਾ ਐਲਾਨ ਕਰਦੇ, ਤਾਂ ਵੀ ਤੂੰ ਜਿੱਤਿਆ, ਏਡਾ ਵੱਡਾ ਐਲਾਨ ਕੀਤਾ, ਪਹਿਲੇ ਖਾਨ ਚਾਹਿਆ ਚੋਣ ਆਖੀ ਕਮਾਨ ਦੀ ਗੱਦੀ ਉੱਤੇ ਕਰਕੇ ਸੁਣਦਾ, ਫਿਰ ਤਾਂ ਮਹਾਰਾਜ ਜੀ ਦੌੜੋਗੇ ਤੇ ਨਹੀਂ ਭੱਜੋਗੇ ਤੇ ਨਹੀਂ, ਮੈਂ ਵਾਰ ਕਰਨ ਲੱਗਾ, ਫਿਰ ਸੱਚੇ ਪਾਤਸ਼ਾਹ ਨੇ ਪਾਇਆ ਰਕਾਬਾਂ ਉੱਤੇ ਭਾਰ, ਘੋੜੇ ਦੀ ਕਾਠੀ ਧੋ ਕੇ ਸਾਫ਼ ਥਾਂ ਇੱਕ ਬੋਲਾ ਮਾਰਦੇ, ਸੱਚੇ ਪਾਤਸ਼ਾਹ ਕਹਿੰਦੇ ਉਹ ਪਹਿਲੇ ਖਾਨ ਤੁਝੇ ਆਜ ਤੱਕ ਫੁੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਵਿਖੇ ਸਾਲਾਨਾ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ, ਜਿੱਥੇ ਕਿ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੌਂਟਾ ਸਾਹਿਬ ਨੂੰ ਜਾਂਦੇ ਹੋਏ ਅਤੇ ਭੰਗਾਣੀ ਦਾ ਯੁੱਧ ਜਿੱਤ ਕੇ ਵਾਪਸ ਦੋ ਵਾਰ ਇੱਥੇ ਚਰਨ ਪਾਏ, ਇਸ ਧਰਤੀ ਦੇ ਉੱਤੇ ਦਮ ਲਿਆ ਮਹਾਰਾਜ ਨੇ, ਉਹਨਾਂ ਦੀ ਯਾਦ ਦੇ ਵਿੱਚ ਇਹ ਹੋਲਾ ਮਹੱਲਾ ਜਿਹੜਾ ਹੈ ਸਾਲਾਨਾ ਮਨਾਇਆ ਜਾ ਰਿਹਾ, ਜਿੱਥੇ ਕਿ ਲੱਖਾਂ ਦੀ ਤਾਦਾਦ ਵਿੱਚ ਸੰਗਤਾਂ ਆ ਕੇ ਗੁਰੂ ਘਰ ਦੇ ਵਿੱਚ ਮੱਥਾ ਟੇਕਦੀਆਂ ਹਨ, ਉਹਨਾਂ ਦੀ ਸ਼ਰਧਾ ਪੂਰੀ ਹੁੰਦੀ ਹੈ ਅਤੇ ਗੁਰੂ ਕੇ ਅਤੁੱਟ ਲੰਗਰ ਜੋ ਹੈ ਬਣਾਏ ਜਾ ਰਹੇ ਹੈ, ਅਤੇ ਪ੍ਰਬੰਧਕਾਂ ਵੱਲੋਂ ਬਹੁਤ ਵਧੀਆ ਇੰਤਜ਼ਾਮ ਜੋ ਕੀਤਾ ਹੋਇਆ ਤੁਹਾਡੇ ਸਾਹਮਣੇ ਹੈ। ਸਾਰੇ ਪਿੰਡ ਦੀ ਸ਼ਰਧਾ ਹੈ ਇਸ ਗੁਰਦੁਆਰੇ ਦੇ ਨਾਲ, ਕਿਉਂਕਿ ਪਿੰਡ ਦੇ ਲੋਕਾਂ ਦੀ ਇੱਥੇ ਮੁਰਾਦਾਂ ਪੂਰੀਆਂ ਹੁੰਦੀਆਂ, ਜੋ ਵੀ ਇੱਥੇ ਕੋਈ ਅਰਦਾਸ ਕਰਦਾ ਹੈ ਉਹਦੀ ਅਰਦਾਸ ਜੋ ਹੈ ਪੂਰੀ ਹੁੰਦੀ ਹੈ, ਇੱਥੇ ਦੇ ਜੋ ਬੱਚੇ ਹੈ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਸੈੱਟ ਹੋਏ, ਇਹ ਗੁਰੂ ਘਰ ਦੀ ਸੇਵਾ ਦਾ ਸਦਕਾ ਹੈ। ਇੱਥੇ ਜੋ ਹੈ ਇਸ ਕਮੇਟੀ ਨੂੰ ਕੋਈ ਬਾਹਰ ਤੋਂ ਕੋਈ ਆਮਦਨ ਨਹੀਂ ਹੈ, ਸਿਰਫ ਪਿੰਡ ਦੇ ਜੋ ਸੰਗਤ ਹੈ ਉਹ ਦਸਤ ਇਕੱਠੀ ਕਰਕੇ ਇੱਥੇ ਗੁਰੂ ਕੇ ਲੰਗਰ ਟੁੱਟ ਵਰਤਦੇ ਹੈ, 24 ਘੰਟੇ ਇੱਥੇ ਲੰਗਰ ਚੱਲਦਾ, ਸੰਗਤਾਂ ਦੂਰ ਦੂਰ ਤੋਂ ਆ ਕੇ ਲੰਗਰ ਸਕਦੀਆਂ ਹਨ ਅਤੇ ਉਹਨਾਂ ਦੀਆਂ ਮਨੋਕਾਮਨਾ ਜੋ ਪੂਰੀਆਂ ਹੁੰਦੀਆਂ। ਨੌਜਵਾਨਾਂ ਦੀ ਸਾਡੀ ਕੋਸ਼ਿਸ਼ ਇਹੀ ਹੈ, ਨੌਜਵਾਨਾਂ ਨਸ਼ਿਆਂ ਨੂੰ ਤਿਆਗ ਕੇ ਸੇਵਾ ਵਿੱਚ ਲੱਗਣ, ਅਤੇ ਜੇ ਸਾਡੇ ਬੱਚੇ ਧਾਰਮਿਕ ਖਿਆਲਾਂ ਦੇ ਹੋਣਗੇ ਤਾਂ ਨਸ਼ਿਆਂ ਤੋਂ ਬਚੇ ਰਹਿਣਗੇ, ਨਹੀਂ ਤਾਂ ਸੰਸਾਰ ਦੇ ਵਿੱਚ ਬਹੁਤ ਬੁਰਾ ਹਾਲ ਹੈ, ਨਸ਼ਿਆਂ ਦੇ ਵਿੱਚ ਬੱਚੇ ਲੱਗੇ ਹੋਏ ਹੈ ਅਤੇ ਨਸ਼ਿਆਂ ਦੇ ਨਾਲ ਜੋ ਸਾਡੀ ਨੌਜਵਾਨੀ ਹੈ ਉਹ ਖਤਮ ਹੋਈ ਹੁੰਦੀ ਜਾ ਰਹੀ ਹੈ, ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਇੱਥੇ ਅਸੀਂ ਯੂਥ ਕਲੱਬ ਬਣਾਏ ਹੋਏ ਹਾਂ, ਯੂਥ ਕਲੱਬ ਨੌਜਵਾਨ ਸਭਾ ਜੋ ਹੈ ਹਰ ਸਾਲ ਅੱਖਾਂ ਦੇ ਕੈਂਪ
ਬਲੱਡ ਡੋਨੇਸ਼ਨ ਕੈਂਪ ਗੱਤਕੇ ਦੇ ਮੁਕਾਬਲੇ ਅਤੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਂਦੇ ਹਾਂ ਤਾਂ ਕਿ ਸਾਡਾ ਯੂਥ ਹੈ ਇਹ ਮਾੜੇ ਕੰਮਾਂ ਤੋਂ ਬਚ ਕੇ ਸਮਾਜ ਦੀ ਸੇਵਾ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਥਾਨ 'ਤੇ ਜਿਹੜਾ ਹਰ ਸਾਲ ਸਾਲਾਨਾ ਹੋਲਾ ਮਹੱਲਾ ਪੜ੍ਹਾਇਆ ਜਾਂਦਾ, ਇਹ ਸੰਗਤਾਂ ਦੇ ਨਗਰ ਦੇ ਸਹਿਯੋਗ ਨਾਲ ਪੜ੍ਹਾਇਆ ਜਾਂਦਾ। ਸੰਗਤਾਂ ਬਹੁਤ ਉਤਸ਼ਾਹ ਨਾਲ ਲੰਗਰਾਂ ਵਿੱਚ ਅਤੇ ਦੀਵਾਨਾਂ ਵਿੱਚ ਸੇਵਾ ਕਰਦੀਆਂ। ਸੋ ਇਸ ਕਰਕੇ ਸਾਰੀ ਸੰਗਤ ਦਾ, ਸਾਰੇ ਨਗਰ ਨਿਵਾਸੀਆਂ ਦਾ, ਸਾਰੇ ਇਲਾਕਾ ਨਿਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜੀ, ਜੋ ਇਹ ਸਲਾਨਾ ਜੋੜ ਮੇਲਾ 14, 15, 16 ਮਾਰਚ 2019 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸਾਧ ਸੰਗਤ ਇਲਾਕਾ ਨਿਵਾਸੀ ਅਤੇ ਨਗਰ ਨਿਵਾਸੀਆਂ ਅਤੇ ਦੇਸ਼ ਦੇਸ਼ ਦੀ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ। ਇਹ ਸਲਾਨਾ ਜੋੜ ਮੇਲਾ ਜੋ ਕਿ ਸੰਤ ਬਾਬਾ ਕਰਤਾਰ ਸਿੰਘ ਜੀ, ਬ੍ਰਹਿਮ ਗਿਆਨੀ ਸੱਚਖੰਡ ਵਾਸੀ, ਉਹਨਾਂ ਦੀ ਪ੍ਰੇਰਨਾ ਸਦਕਾ ਇਸ ਸਥਾਨ 'ਤੇ ਜੋ ਮੱਸਿਆ ਦਿਹਾੜਾ ਹਰ ਮਹੀਨੇ ਮਨਾਇਆ ਜਾਂਦਾ ਹੈ ਅਤੇ ਲੋਕ ਦੂਰੋਂ ਦੂਰੋਂ ਆ ਕੇ ਇੱਥੇ ਮੱਸਿਆ ਦਿਹਾੜੇ 'ਤੇ ਵੀ ਅਤੇ ਸਲਾਨਾ ਹੋਰ ਮੇਲੇ ਸਲਾਨਾ ਜੋੜ ਮੇਲੇ 'ਤੇ ਵੀ ਤਿੰਨੋਂ ਦਿਨ ਪੂਰੀਆਂ ਹਾਜ਼ਰੀਆਂ ਭਰਦੇ ਹਨ ਅਤੇ ਆਪਣਾ ਮਨੋਕਾਮਨਾ ਪੂਰੀਆਂ ਕਰਦੇ ਹਨ। ਇਸ ਸਥਾਨ 'ਤੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੋ ਵਾਰੀ ਇਹਨਾਂ ਨੇ ਆਪਣੇ ਚਰਨ ਛੋਹ ਪ੍ਰਾਪਤ ਚਰਨ ਪਾਏ ਹਨ। ਇਹ ਜਗ੍ਹਾ ਪਿੰਡ ਖੀਰਾਵਾ, ਤਹਿਸੀਲ ਖਰੜ, ਜ਼ਿਲ੍ਹਾ ਇਸੇ ਸ਼੍ਰੀਨਗਰ ਮੋਹਾਲੀ ਵਿੱਚ ਸਥਿਤ ਹੈ, ਜਿੱਥੇ ਕਿ ਗੁਰੂ ਮਹਾਰਾਜ ਨੇ ਦੋ ਵਾਰੀ ਚਰਨ ਪਾ ਕੇ ਚਰਨ ਛੋਹ ਪ੍ਰਾਪਤ ਕੀਤੀ ਹੈ ਅਤੇ ਉਸ ਸਥਾਨ 'ਤੇ ਗੁਰੂ ਮਹਾਰਾਜ ਜੀ ਨੇ ਆਪਣਾ ਭਗਾਣੀ ਦੇ ਉਹਦੇ ਨੂੰ ਜਾਂਦੇ ਹੋਏ ਅਤੇ ਅਨੰਦਪੁਰ ਸਾਹਿਬ ਤੋਂ ਵਾਪਸ ਆਉਂਦੇ ਹੋਏ ਜੋ ਘੋੜਾ ਬੰਨਿਆ ਸੀ ਅਤੇ ਦਮ ਲਿਆ ਸੀ, ਇਸ ਕਰਕੇ ਇਸ ਸਥਾਨ ਦਾ ਨਾਂ ਦਮਨਾਮ ਸਾਹਿਬ ਰੱਖਿਆ ਗਿਆ। ਇਸ ਸਥਾਨ ਦੀ ਕਾਰ ਸੇਵਾ ਸੰਤ ਬਾਬਾ ਕਰਤਾਰ ਸਿੰਘ ਜੀ ਭਰੋ ਮਾਜਰੇ ਵਾਲੇ ਸੱਚਖੰਡ ਵਾਸੀ, ਉਹਨਾਂ ਦੀ ਪ੍ਰੇਰਨਾ ਦਾ ਸਦਕਾ ਕਾਰ ਸੇਵਾ ਵਾਲੇ ਸੰਤ ਬਾਬਾ ਲੱਖਾ ਸਿੰਘ ਜੀ ਉਹਨਾਂ ਵੱਲੋਂ ਕਰਵਾਈ ਗਈ ਹੈ, ਜੋ ਕਿ ਇਸ ਇੱਥੇ ਉਹਨਾਂ ਵੱਲੋਂ ਦੀਵਾਨ ਹਾਲ ਅਤੇ ਲੰਗਰ ਹਾਲ ਦੀ ਸੇਵਾ ਕਰਵਾਈ ਗਈ ਅਤੇ ਇੱਕ ਮਹਾਨ ਸਰੋਵਰ ਜੋ ਕਿ ਸੰਗਤਾਂ ਦੇ ਦੁੱਖ ਨਿਵਾਰਨ ਲਈ ਉਹਨਾਂ ਵੱਲੋਂ ਗੁਰੂ ਮਹਾਂਪੁਰਖਾਂ ਦੀ ਪ੍ਰੇਰਨਾ ਸਦਕਾ ਬਣਾਇਆ ਗਿਆ ਹੈ, ਉਹ ਇੱਕ ਵਿਲੱਖਣ ਹੀ ਤਸਵੀਰ ਪੇਸ਼ ਕਰਦਾ ਹੈ। ਇਸੇ ਸਰੋਵਰ ਵਿੱਚ ਵੀ ਬਾਹਰ ਦੀਆਂ ਸੰਗਤਾਂ, ਦੇਸ਼ ਵਿਦੇਸ਼ ਤੋਂ ਇਲਾਕਾ ਨਿਵਾਸੀਆਂ ਸੰਗਤਾਂ ਇਸ਼ਨਾਨ ਕਰਦੀਆਂ ਹਨ ਮੱਸਿਆ ਵਾਲੇ ਦਿਨ ਆ ਕੇ ਅਤੇ ਆਪਣੇ ਰੋਗ ਦੂਰ ਕਰਦੀਆਂ ਹਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ। ਇਸ ਸਲਾਨਾ ਜੋੜ ਮੇਲੇ 'ਤੇ ਲੰਗਰ ਜੋ ਕੇ ਲੰਗਰ ਵਾਸੀਆਂ ਅਤੇ ਵਿਦੇਸ਼ਾਂ ਦੇ ਸੰਗਤਾਂ ਆ ਕੇ ਆਪਣੇ ਆਪਣੇ ਮਨੋਕਾਮਨਾ ਪੂਰਨ ਕਰਦੀਆਂ ਲੰਗਰ ਨੂੰ ਸੇਵਾ ਕਰਕੇ ਅਤੇ ਬਾਹਰੋਂ ਵੀ ਸੰਗਤਾਂ ਆ ਕੇ ਲੰਗਰ ਵਿੱਚ ਬਹੁਤ ਤਨ ਮਨ ਧਨ ਨਾਲ ਅਤੇ ਪ੍ਰੇਮ ਨਾਲ ਸੇਵਾ ਕਰਦੀਆਂ ਹਨ। ਇਸ ਸਥਾਨ ਦੇ ਨਾਲ ਹੀ ਇੱਕ ਹੋਰ ਸਥਾਨ ਸਾਡਾ ਇਤਿਹਾਸਕ ਬਾਬਾ ਜ਼ੋਰਾਵਰ ਸਿੰਘ ਦਾ ਹੈ, ਜੋ ਕਿ ਉਹ ਵੀ ਇੱਕ ਇਤਿਹਾਸ ਸਥਾਨ ਹੈ। ਉਸ ਸਥਾਨ 'ਤੇ ਵੀ 14, 15, 16 ਮਾਰਚ ਨੂੰ ਸੰਗਤਾਂ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਹੋਲਾ ਮਹੱਲਾ ਮਨਾਇਆ ਜਾ ਰਿਹਾ ਹੈ ਅਤੇ ਸੰਗਤਾਂ ਹੋਲੇ ਮਹੱਲੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਮਨੋਕਾਮਨਾ ਪੂਰੀਆਂ ਕਰਦੀਆਂ ਹਨ। ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਮਦਮਾ ਸਾਹਿਬ ਵੱਲੋਂ ਸਾਰੀਆਂ ਇਲਾਕਾ ਨਿਵਾਸੀਆਂ ਦਾ, ਸੰਗਤਾਂ ਦਾ, ਪਿੰਡ ਨਿਵਾਸੀਆਂ ਦਾ ਅਤੇ ਦੇਸ਼ ਵਿਦੇਸ਼ ਜੋ ਸੰਗਤਾਂ ਆ ਕੇ ਹਾਜ਼ਰੀ ਭਰਦੀਆਂ ਹਨ, ਸਾਰਿਆਂ ਦਾ ਸੇਵਾਦਾਰਾਂ ਦਾ ਧੰਨਵਾਦ ਕਰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।